ਇਟਲੀ ਵਿੱਚ ਬਿਨਾਂ ਪੇਪਰਾਂ ਦੇ ਕੰਮ ਨਾਲ ਕੰਮਾਂ ਦੇ ਮਾਲਕਾਂ ਵੱਲੋਂ ਹੋ ਰਹੀਆਂ ਵਧੀਕੀਆਂ ਦੇ ਕੌੜੇ ਸੱਚ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਜ਼ੋਰ ਫੜਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਕਈ ਪੰਜਾਬੀ ਭਾਰਤੀਆਂ ਦੇ ਅਣਕਹੇ ਦੁੱਖਾਂ ਦੀਆਂ ਦਾਸਤਾਨਾਂ ਵੀ ਸ਼ਾਮਿਲ ਹਨ। ਲਾਸੀਓ ਸੂਬੇ ਵਿੱਚ ਕੰਮ ਦੌਰਾਨ ਘਟੀ ਘਟਨਾ ਨਾਲ ਗੰਭੀਰ ਜ਼ਖਮੀ ਹੋਏ ਅਤੇ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਮਰੇ ਸਤਨਾਮ ਸਿੰਘ ਦੀ ਮੌਤ ਦੇ ਸਦਮੇ ਵਿੱਚੋਂ ਭਾਰਤੀ ਭਾਈਚਾਰਾ ਹਾਲੇ ਬਾਹਰ ਨਹੀਂ ਸੀ ਆਇਆ ਕਿ ਇੱਕ ਹੋਰ ਬਿਨਾਂ ਪੇਪਰਾਂ ਦੇ ਪੰਜਾਬੀ ਨੂੰ ਉਸਦੇ ਮਾਲਕ ਵੱਲੋਂ ਦਿੱਤੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਉਣ ਨਾਲ ਇਟਲੀ ਭਰ ਵਿੱਚ ਭਾਰਤੀ ਭਾਈਚਾਰਾ ਇੱਕ ਅਜੀਬ ਤਰ੍ਹਾਂ ਦੀ ਪੀੜ ਵਿੱਚੋਂ ਪਸੀਜ ਹੋ ਕੇ ਲੰਘਦਾ ਦਿਖਾਈ ਦੇ ਰਿਹਾ ਹੈ। ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਸਿੱਧੂ ਵਾਸੀ ਭੱਟੀਆਂ ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਉਸਦਾ ਭਰਾ ਰਾਜਵਿੰਦਰ ਸਿੰਘ ਸਿੱਧੂ ਉਮਰ 38 ਸਾਲ 2 ਸਾਲ ਪਹਿਲਾਂ ਹੀ 9 ਮਹੀਨੇ ਵਾਲੇ ਪੇਪਰਾਂ ਉੱਪਰ 11 ਲੱਖ ਕਰਜ਼ਾ ਚੁੱਕ ਇਟਲੀ ਆਇਆ ਸੀ, ਪਰ ਇੱਥੇ ਉਸਨੂੰ ਪੇਪਰ ਨਹੀਂ ਮਿਲ ਸਕੇ। ਰਾਜਵਿੰਦਰ ਸਿੰਘ ਬਿਨਾਂ ਪੇਪਰਾਂ ਹੀ ਪੂਲੀਆ ਸੂਬੇ ਦੇ ਜ਼ਿਲ੍ਹਾ ਤਾਰਾਂਤੋ ਵਿੱਚ ਇੱਕ ਇਟਾਲੀਅਨ ਮਾਲਕ ਗਿਆਨਕੋ ਜਵਾਨੀ ਦੇ ਫਾਰਮ ਹਾਊਸ ਵਿੱਚ ਕੰਮ ਕਰਨ ਚਲਾ ਗਿਆ ਕਿ ਬੀਤੀ 25 ਮਈ 2024 ਨੂੰ ਰਾਤ ਦੇ ਕਰੀਬ 8 ਵਜੇ ਉਸਦੇ ਭਰਾ ਰਾਜਵਿੰਦਰ ਸਿੰਘ ਦੇ ਕੰਮ ਕਰਦੇ ਸਮੇਂ ਸਿਰ ਵਿੱਚ ਡੂੰਘੀ ਸੱਟ ਵੱਜੀ ਅਤੇ ਉਹ ਬੇਹੋਸ਼ ਹੋ ਗਿਆ। ਇਹ ਘਟਨਾ ਉਸਦੇ ਮਾਲਕ ਗਿਆਨਕੋ ਜਵਾਨੀ ਨੇ ਅੱਖੀਂ ਦੇਖੀ। ਮਾਲਕ ਨੇ ਆਪਣੇ ਮੁੰਡੇ ਨੂੰ ਨਾਲ ਲੈ ਕੇ ਜ਼ਖਮੀ ਹੋਏ ਰਾਜਵਿੰਦਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਆਪਣੀ ਗੱਡੀ ਵਿੱਚ ਪਾ ਦਿੱਤਾ ਅਤੇ ਗੱਡੀ ਨੂੰ ਬੰਦ ਕਰ ਦਿੱਤਾ। ਦੂਜੇ ਕਾਮੇ ਨੇ ਜਦੋਂ ਗਿਆਨਕੋ ਜਵਾਨੀ ਨੂੰ ਰਾਜਵਿੰਦਰ ਸਿੰਘ ਦੇ ਨਾਂ ਦੱਸਣ ਬਾਰੇ ਕਿਹਾ ਤਾਂ ਉਹ ਜਾਣ ਬੁੱਝ ਕੇ ਰਾਜਵਿੰਦਰ ਸਿੰਘ ਨੂੰ ਲੱਭਣ ਦਾ ਡਰਾਮਾ ਕਰਨ ਲੱਗਾ ਅਤੇ ਬਾਅਦ ਵਿੱਚ ਕਾਮਿਆਂ ਨੂੰ ਕਿਹਾ ਕਿ ਤੁਸੀਂ ਸੌਂ ਜਾਓ, ਉਹ ਆਪ ਹੀ ਸਵੇਰੇ ਆ ਜਾਵੇਗਾ। ਜਦੋਂ ਕਾਮੇ ਕਮਰੇ ਵਿੱਚ ਚਲੇ ਗਏ ਉਹਨਾਂ ਰਾਜਵਿੰਦਰ ਸਿੰਘ ਨੂੰ ਬਹੁਤ ਫੋਨ ਕੀਤਾ ਪਰ ਫੋਨ ਨਾ ਲੱਗਾ। ਤਾਂ ਦੂਜੇ ਪਾਸੇ ਰਾਤ 1 ਵਜੇ ਗਿਆਨਕੋ ਜਵਾਨੀ ਰਾਜਵਿੰਦਰ ਸਿੰਘ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਰਾਜਵਿੰਦਰ ਸਿੰਘ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮਰਹੂਮ ਰਾਜਵਿੰਦਰ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਮੀਡੀਆ ਰਾਹੀਂ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਗਿਆਨਕੋ ਜਵਾਨੀ ਨੇ ਉਸਦੇ ਭਰਾ ਨੂੰ ਜਾਣਬੁੱਝ ਕੇ ਮਾਰਿਆ ਹੈ ਕਿਉਂਕਿ ਉਸਦੇ ਭਰਾ ਕੋਲ ਪੇਪਰ ਨਹੀਂ ਸਨ। ਜੇਕਰ ਮਾਲਕ ਸਮੇਂ ਸਿਰ ਰਾਜਵਿੰਦਰ ਸਿੰਘ ਨੂੰ ਹਸਪਤਾਲ ਲੈ ਜਾਂਦਾ ਤਾਂ ਹੋ ਸਕਦਾ ਸੀ ਕਿ ਉਸਦਾ ਭਰਾ ਅੱਜ ਜਿਉਂਦਾ ਹੁੰਦਾ। ਪਰ ਇਹੋ ਹੀ ਮਨ ਨਾਲ ਅੰਮ੍ਰਿਤਪਾਲ ਸਿੰਘ ਨੇ ਇਟਲੀ ਦੇ ਭਾਰਤੀ ਭਾਈਚਾਰੇ ਅਤੇ ਭਾਰਤੀ ਅੰਬੈਸੀ ਰੋਮ ਦੀ ਰਾਜਦੂਤ ਮੈਡਮ ਵੀਨਾ ਰਾਓ ਨੂੰ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਮਰਹੂਮ ਭਰਾ ਦੀ ਲਾਸ਼ ਨੂੰ ਭਾਰਤ ਲਿਜਾ ਕੇ ਸੰਸਕਾਰ ਕਰ ਸਕੇ। ਰਾਜਵਿੰਦਰ ਸਿੰਘ ਨਾਲ ਕੀਤੇ ਜਾਨਵਰਾਂ ਵਾਲੇ ਸਲੂਕ ਅਤੇ ਜਾਣਬੁੱਝ ਕੇ ਉਸਨੂੰ ਮੌਤ ਦੇ ਮੂੰਹ ਵਿੱਚ ਧੱਕਣ ਲਈ ਅੰਮ੍ਰਿਤਪਾਲ ਸਿੰਘ ਨੇ ਗਿਆਨਕੋ ਜਵਾਨੀ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਹੈ, ਪਰ ਹਾਲੇ ਤੱਕ ਪੁਲਿਸ ਨੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਰਾਜਵਿੰਦਰ ਸਿੰਘ ਸਿੱਧੂ ਦੀ ਹੋਈ ਮੌਤ ਨੂੰ ਹੁਣ ਤੱਕ 1 ਮਹੀਨਾ ਬੀਤ ਜਾਣ ਦੇ ਬਾਅਦ ਵੀ ਮਾਲਕ ਉੱਪਰ ਕੋਈ ਕਾਰਵਾਈ ਨਾ ਹੋਣਾ ਪੀੜਤ ਅੰਮ੍ਰਿਤਪਾਲ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਿੱਚ ਥਾਹ ਵਾਧਾ ਕਰ ਰਿਹਾ ਸੀ, ਪਰ ਉਸਦਾ ਕਹਿਣਾ ਹੈ ਕਿ ਇਨਸਾਫ ਲਈ ਉਹ ਆਖਰੀ ਸਾਹ ਤੱਕ ਲੜੇਗਾ। ਮਰਹੂਮ ਰਾਜਵਿੰਦਰ ਸਿੰਘ ਸਿੱਧੂ ਆਪਣੇ ਪਿੱਛੇ ਬਜ਼ੁਰਗ ਮਾਂ, ਵਿਧਵਾ ਪਤਨੀ ਅਤੇ ਇੱਕ ਬੱਚੇ ਨੂੰ ਰੋਂਦਿਆਂ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਇਟਲੀ ਦੇ ਕਈ ਸੂਬੇ ਜਿੱਥੇ ਕਿ ਮਾਫੀਆ ਦਾ ਜ਼ੋਰ ਹੈ ਉੱਥੇ ਕਿਰਤੀ ਲੋਕਾਂ ਦਾ ਸ਼ੋਸ਼ਣ ਹੋਣਾ, ਮਿਹਨਤਾਨਾ ਨਾ ਦੇਣਾ ਜਾਂ ਉਹਨਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣਾ ਦਾ ਵਰਤਾਰਾ ਆਮ ਵੇਖਿਆ ਜਾ ਸਕਦਾ ਹੈ, ਜਿਸ ਬਾਬਤ ਪੁਲਿਸ ਦਾ ਰਵੱਈਆ ਕੋਈ ਜ਼ਿਆਦਾ ਹਾਂ ਪੱਖੀ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਅੰਮ੍ਰਿਤਪਾਲ ਸਿੰਘ ਸਿੱਧੂ ਹੈ ਜੀ। ਮੇਰੀ ਬੇਨਤੀ ਆ, ਮੇਰਾ ਭਰਾ ਰਾਜਵਿੰਦਰ ਸਿੰਘ ਸਿੱਧੂ ਜੋ ਕਿ ਇਟਲੀ ਦੇ ਵਿੱਚ ਇੱਕ ਸਟਾਲੇ ਦੇ ਵਿੱਚ ਕੰਮ ਕਰਦਾ ਸੀਗਾ, ਸਟਾਲਾ SAM ਕੰਪਨੀ ਸੀਗੀ ਇਹ ਐਗਰੀਕਲਚਰ ਦੀ, ਅਤੇ ਇਹ ਆਪਣਾ ਸੀਗਾ ਲਤੇਰਜ਼ਾ ਸ਼ਹਿਰ ਹੈ ਜੀ ਇਹ, ਅਤੇ ਤਰਾਂਤੋ ਵਿੱਚ ਪੈਂਦਾ, ਤਰਾਂਤੋ ਜ਼ਿਲ੍ਹਾ ਜੀ। ਇੱਥੇ ਕੰਮ ਕਰਦਾ ਸੀਗਾ ਅਤੇ ਮਾਲਕ ਦਾ ਨਾਂ ਗਿਆਨਕੋ ਜਵਾਨੀ, ਇੱਥੇ ਕੰਮ ਕਰਦਾ ਸੀਗਾ। ਬੀਤੇ ਦਿਨ ਰਾਤ ਨੂੰ 8 ਵਜੇ ਇਹ ਕੰਮ 'ਤੇ ਸੀਗਾ ਅਤੇ ਕੰਮ ਕਰਦੇ ਹੋਏ ਕਿਤੇ ਮਾਲਕ
ਜਦੋਂ ਸੱਟ ਲੱਗੀ ਇਹਦੇ ਸਿਰ ਦੇ ਵਿੱਚ, ਉਦੋਂ ਮਾਲਕ ਦੇ ਕੋਲ ਸੀਗਾ ਅਤੇ ਮਾਲਕ ਨੇ ਦੂਜੇ ਮੁੰਡਿਆਂ ਨੂੰ ਬੁਲਾਉਣ ਦੀ ਜਾਂ ਇਹਨੇ ਕੀ ਕੀਤਾ, ਮਾਲਕ ਅਤੇ ਮਾਲਕ ਦੇ ਮੁੰਡੇ ਨੇ ਚੱਕ ਕੇ ਆਪਣੀ ਗੱਡੀ ਵਿੱਚ ਪਾ ਕੇ ਇਹਨੂੰ ਸਾਈਡ 'ਤੇ ਕਰ ਦਿੱਤਾ। ਬਾਅਦ ਦੇ ਵਿੱਚ ਦੂਜੇ ਜੋ ਹਸਪਤਾਲ ਵਿੱਚ ਮੁੰਡੇ ਕੰਮ ਕਰਦੇ ਸੀਗੇ ਉਹਨਾਂ ਨਾਲ ਲੁਭਾਉਣ ਦਾ ਨਾਟਕ ਕਰਨ ਲੱਗ ਗਿਆ ਜੀ। 2-3 ਘੰਟੇ ਲੱਭੀ ਗਏ ਵੀ ਹਾਂ ਲੱਭਿਆ ਨਹੀਂ ਹੈਗਾ, ਕਿੱਥੇ ਗਿਆ ਕਿੱਥੇ ਗਿਆ, ਨਾਟਕ ਕਰਦਾ ਸੀਗਾ। ਜਦੋਂ 2-3 ਘੰਟੇ ਬਾਅਦ ਨਹੀਂ ਮਿਲਿਆ ਤਾਂ ਦੂਜੇ ਮੁੰਡਿਆਂ ਨੂੰ ਇਹ ਕਹਿੰਦਾ, ਚਲੋ ਤੁਸੀਂ ਜਾ ਕੇ ਸੌਂ ਜਾਓ, ਆਪਣੇ ਆਪ ਆ ਜਾਏਗਾ। ਬਾਅਦ ਦੇ ਵਿੱਚ ਜਦੋਂ ਮੁੰਡੇ ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਏ, ਫੋਨ ਲਾਏ, ਉਹਨਾਂ ਨੇ ਨਹੀਂ ਮਿਲਿਆ, ਫੋਨ ਵੀ ਉਹਦਾ ਆਫ ਸੀਗਾ, ਫੋਨ ਹੁਣ ਤੱਕ ਨਹੀਂ ਮਿਲਿਆ ਜੀ ਉਹਦਾ। ਜਦੋਂ ਉਹ ਸੌਂ ਗਏ, ਇਹ ਰਾਤ ਨੂੰ 1 ਵਜੇ ਕਰੀਬਨ 10-15 ਮਿੰਟ 'ਤੇ ਇਹ ਹਸਪਤਾਲ ਲੈ ਕੇ ਚਲੇ ਗਿਆ, ਤਰਾਂਤੋ ਦੇਵੀ ਹਸਪਤਾਲ ਦੇ ਵਿੱਚ। ਉੱਥੇ ਲੈ ਕੇ ਗਿਆ ਜਦੋਂ ਇਹ, ਉਦੋਂ ਇਹਦੀ ਡੈਥ ਹੋ ਚੁੱਕੀ ਸੀਗੀ। ਠੀਕ ਹੈ ਜੀ, ਸਾਨੂੰ ਇਹੀ ਅਪੀਲ ਆ ਜੀ ਹੁਣ ਹੱਥ ਬੰਨ ਕੇ ਵੀ 1 ਮਹੀਨਾ ਹੋ ਗਿਆ ਜੀ, 25 ਮਈ ਨੂੰ ਹੋਇਆ ਸੀ, 25 ਮਈ 2024 ਨੂੰ ਡੈਡ ਹੋਇਆ ਸੀਗਾ ਇਹ, ਅਤੇ ਸਾਨੂੰ 1 ਮਹੀਨਾ ਹੋ ਗਿਆ। ਨਾ ਤਾਂ ਇਹਨਾਂ ਦੀ ਡੈਡ ਬੋਡੀ ਇੰਡੀਆ ਨੂੰ ਭੇਜਦੇ ਨੇ, ਕਦੇ ਆਹ ਪੇਪਰ ਨਹੀਂ ਹੈਗਾ, ਕਦੇ ਆਹ ਨਹੀਂ ਹੈਗਾ, ਸਾਨੂੰ ਸਮਝ ਨਹੀਂ ਆ ਰਹੀ, ਨਾ ਕੋਈ ਸਾਨੂੰ ਦੱਸ ਰਿਹਾ ਵੀ ਹਾਂ ਪੱਕੀ ਵੀ ਹਾਂ ਕਿਹਦੀ ਕਿਆ ਮਾਲਕ ਨੇ ਇੱਦਾਂ ਕਿਉਂ ਕੀਤਾ ਵੀ ਕਿਆ ਵਜ੍ਹਾ ਸੀ। ਠੀਕ ਹੈ, ਅਸੀਂ ਇਹ ਅਪੀਲ ਕਰਦੇ ਹਾਂ ਹੁਣ ਉਹਦਾ ਪਿੱਛੇ ਪਰਿਵਾਰ ਡੈਡ ਬੋਡੀ ਲੱਭ ਰਿਹਾ, ਮੈਂ ਉਹਦਾ ਭਰਾ ਹੀ ਸਕਾਂ। ਠੀਕ ਹੈ, ਅਸੀਂ ਇਹੀ ਅਪੀਲ ਕਰਦੇ ਹਾਂ ਅੰਬੈਸੀ ਨੂੰ ਜਾਂ ਸਾਰੇ ਭਰਾਵਾਂ ਨੂੰ ਵੀ ਸਾਨੂੰ ਇਨਸਾਫ਼ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।